ਗੁਰਦਾਸਪੁਰ ਦਾ ਯੋਗੇਸ਼ ਸਿੰਘ 2 ਸਾਲ ਪਹਿਲਾਂ ਰੋਜੀ ਰੋਟੀ ਕਮਾਉਣ ਦੇ ਲਈ ਸਾਊਦੀ ਅਰਬ ਗਿਆ ਸੀ। ਦੀਨਾਨਗਰ ਦੇ ਪਿੰਡ ਬਾਮਣੀ ਦਾ ਨੌਜਵਾਨ ਯੋਗੇਸ਼ ਸਿੰਘ 8 ਮਹੀਨਿਆਂ ਤੋਂ ਜਸੂਸੀ ਕਰਨ ਦੇ ਆਰੋਪ ਦੇ ਵਿੱਚ ਸਾਊਦੀ ਅਰਬ ਦੀ ਜੇਲ੍ਹ ਦੇ ਵਿੱਚ ਬੰਦ ਹੈ। ਯੋਗੇਸ਼ ਸਿੰਘ ਦਾ ਪਰਿਵਾਰ ਉਸ ਨੂੰ ਵਾਪਸ ਭਾਰਤ ਬੁਲਾਉਣ ਦੇ ਲਈ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਪੁੱਤਰ ਦਾ ਸਾਊਦੀ ਅਰਬ ਦੇ ਵਿੱਚ ਰਹਿਣ ਵਾਲੇ ਇੱਕ ਨੌਜਵਾਨ ਦੇ ਨਾਲ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਝਗੜਾ ਹੋ ਗਿਆ ਸੀ, ਜਿਸ ਕਰਕੇ ਉਸ ਨੌਜਵਾਨ ਨੇ ਉਹਨਾਂ ਦੇ ਪੁੱਤਰ ਨੂੰ ਝੂਠੇ ਕੇਸ ਦੇ ਵਿੱਚ ਫਸਾ ਦਿੱਤਾ ਅਤੇ ਉਸ ਨੂੰ ਜੇਲ੍ਹ ਦੇ ਵਿੱਚ ਬੰਦ ਕਰਵਾ ਦਿੱਤਾ। ਪਰਿਵਾਰਕ ਮੈਂਬਰਾਂ ਨੇ ਹੁਣ ਗੁਰਦਾਸਪੁਰ ਦੇ ਸਾਂਸਦ ਸੰਨੀ ਦਿਓਲ ਤੋਂ ਅਤੇ ਭਾਰਤ ਸਰਕਾਰ ਦੇ ਕੋਲੋਂ ਗੁਹਾਰ ਲਗਾਈ ਹੈ ਕਿ ਉਹਨਾਂ ਦੇ ਪੁੱਤਰ ਨੂੰ ਜਲਦ ਤੋਂ ਜਲਦ ਭਾਰਤ ਵਾਪਸ ਲਿਆਂਦਾ ਜਾਵੇ। ਦੱਸਣਯੋਗ ਹੈ ਕਿ ਯੋਗੇਸ਼ ਸਿੰਘ 2 ਫਰਵਰੀ 2017 ਨੂੰ ਰੋਜੀ ਰੋਟੀ ਕਮਾਉਣ ਦੇ ਲਈ ਸਾਊਦੀ ਅਰਬ ਗਿਆ ਸੀ, ਜਿੱਥੇ ਉਹ ਗੱਡੀ ਚਲਾਉਣ ਦਾ ਕੰਮ ਕਰਦਾ ਸੀ। ਮੇਰਾ ਬੇਟਾ ਜੀ 2 ਸਾਲ ਪਹਿਲੇ ਗਿਆ ਸੀ, 2 ਸਾਲ ਦਾ ਵੀਜ਼ਾ ਲਗਾ ਕੇ ਗਿਆ ਸੀ ਸਾਊਦੀ ਅਰਬ। ਸਾਊਦੀ ਅਰਬ ਦੇ ਬਾਅਦ ਉਹਨੂੰ 1 ਸਾਲ ਅਤੇ 2 ਮਹੀਨੇ ਘੱਟ ਸੀ 2 ਸਾਲ ਤੋਂ, ਅਤੇ ਉਹਨੂੰ ਛੁੱਟੀ ਭਰੀ ਦਿਵਾਉਣ ਵਾਲਾ ਸੀ। ਆਉਣ ਦੇ ਬਾਅਦ 'ਚੋਂ ਅਤੇ ਇਲਜ਼ਾਮ ਲਾਤਾ ਮੇਰੇ ਖਿਆਲ ਕਿਸੇ ਮੁੰਡੇ ਕੋਲ ਉਹਨੂੰ ਪੈਸੇ ਲੈਣੇ ਸੀ, ਅਤੇ ਉਹਦੇ ਨਾਲ ਪਹਿਲੇ ਗੱਲਬਾਤ ਹੋਈ ਥੋੜ੍ਹੀ ਬਹੁਤੀ, ਮੂੰਹ ਜਵਾਬ ਮੈਨੂੰ ਸਾਹਮਣੀ ਮੂੰਹ ਜਵਾਬੀ ਥੋੜ੍ਹਾ ਉਹਦੇ ਨਾਲ ਝਗੜਾ ਹੋਇਆ, ਅਤੇ ਉਹਦੇ ਬਾਅਦ 'ਚ ਉਹ 10 ਦਿਨ ਬਾਅਦ 'ਚ ਉਹਨੂੰ ਫੋਨ ਕਰਕੇ ਉਹਨੂੰ ਸੱਦਿਆ, ਫੋਨ ਕਰਕੇ ਸੱਦ ਕੇ ਅਤੇ ਮਗਰੋਂ ਪੁਲਿਸ ਕੋਲ ਚੁਕਾਤਾ, ਕਹਿੰਦਾ ਵੀ ਤੂੰ ਅਸੀਂ ਜਸੂਸੀ ਕਰਦਾ। ਅਤੇ ਇਹੋ ਜਿਹੇ ਸਾਡੇ ਮੈਂ ਫੌਜੀ ਆਦਮੀ ਹਾਂ, ਫੌਜੀ ਆਦਮੀ ਦੇ ਬੱਚੇ ਦੇ ਅੰਦਰ ਕੋਈ ਜਸੂਸੀ ਵਾਲਾ ਕੋਈ ਕੰਮ ਹੀ ਨਹੀਂ ਹੁੰਦਾ, ਨਹੀਂ ਫੌਜੀ ਆਦਮੀ ਕਦੀ ਜਸੂਸੀ ਕੀਤੀ ਜੀ। ਉਹਨੂੰ ਹੋ ਗਈ 8-9 ਮਹੀਨੇ ਹੋ ਗਏ ਜੀ ਜੇਲ੍ਹ 'ਚ ਬੰਦ ਹੈ, ਅਤੇ ਸਾਡੀ ਇਹ ਰਿਕੁਐਸਟ ਹੈ ਵੀ ਬੱਚਾ ਸਾਡਾ ਘਰ ਆਉਣਾ ਚਾਹੀਦਾ, ਹੋਰ ਸਾਨੂੰ ਕੁਛ ਨਹੀਂ ਚਾਹੀਦਾ। ਮਿਲ ਜਾ, ਅਸੀਂ ਵਿਦੇਸ਼ ਮੰਤਰੀ ਨੂੰ ਵੀ ਮਿਲ ਚੁੱਕੇ ਹਾਂ ਜੀ, ਅਤੇ ਅੱਗੇ ਸੰਨੀ ਦਿਓਲ ਹੋਣਾ ਨੇ ਅੱਗੇ ਵੀ ਰਿਕੁਐਸਟ ਅਸੀਂ ਪਾਈ ਦੀ ਹੈ, ਅਤੇ ਹੁਣ ਅਸੀਂ ਸਾਡੀ ਇਹੋ ਰਿਕੁਐਸਟ ਹੈ ਵੀ ਸਾਡਾ ਬੱਚਾ ਘਰ ਆਉਣਾ ਚਾਹੀਦਾ, ਹੋਰ ਅਸੀਂ ਕੁਛ ਨਹੀਂ ਚਾਹੁੰਦੇ। 2 ਸਾਲ ਹੋ ਗਿਆ ਬਾਹਰ ਗਏ ਦੇ ਸਾਊਦੀ ਅਰਬ, ਅਤੇ ਉਹ ਛੁੱਟੀ ਆਉਣ ਲੱਗਾ ਤਾਂ ਉਹਨੂੰ ਫਸਾ ਤਾ ਝੂਠਾ ਹੀ, ਕਿਸੇ ਨੇ ਪੈਸੇ ਦਿੱਤੇ ਦੇ ਉਹਨੂੰ ਕਿਸੇ ਨੂੰ ਦੁਹਾਰੇ, ਉਹਨਾਂ ਨੂੰ ਮਤਲਬ ਮੰਗੇ, ਉਹਦੇ ਨਾਲ ਉਹਦਾ ਝਗੜਾ ਹੋ ਗਿਆ। ਝਗੜੇ ਦੇ ਬਾਅਦ 'ਚ ਉਹਨੂੰ 10 ਦਿਨ ਬਾਅਦ ਫੋਨ ਕੀਤਾ ਰਾਤੀ 10 ਵਜੇ, ਨੀਰੂ ਬਾਹਰ ਆ ਇੱਕ ਮਿੰਟ, ਨੀਰੂ ਬਾਹਰ ਚਲ ਗਿਆ। ਜਿੰਨਾ ਨੀਰੂ ਬਾਹਰ ਗਿਆ ਪੁਲਿਸ ਨੇ ਚੁੱਕ ਕੇ ਗੱਡੀ 'ਚ ਪਾ ਗਿਆ, ਜੇਲ੍ਹ 'ਚ ਲੈ ਗਏ। ਮਹੀਨੇ ਬਾਅਦ ਮੇਰੇ ਬੇਟੇ ਦਾ ਫੋਨ ਆਇਆ, ਮਾਈ ਕੋਈ ਫਿਕਰ ਨਹੀਂ ਕਰਨਾ, ਮੈਨੂੰ ਕਿਸੇ ਨੇ ਫਸਾ ਦਿੱਤਾ ਆ, ਮੈਂ 3 ਮਹੀਨੇ ਬਾਅਦ ਬਾਹਰ ਆ ਜਾਣਾ। ਉਹਦੇ ਬਾਅਦ ਫਿਰ 12 ਮਈ ਨੂੰ ਫੋਨ ਆਇਆ ਕਿ ਮੇਰੀ ਜ਼ਮਾਨਤ ਹੋ ਗਈ ਹੈ। ਉਹਦੇ ਬਾਅਦ 'ਚ ਫਿਰ 30 ਜੂਨ ਨੂੰ ਫੋਨ ਆਇਆ ਕਿ ਮੈਂ ਠੀਕ ਠਾਕ ਹਾਂ, ਮੇਰੀ ਫਾਈਲ ਉੱਪਰ ਗਿਰੀ ਹੈ, ਉਹ ਫਾਈਲ ਪਰ ਸੈਨ ਹੋਣੇ ਮੇਰੇ, ਮੈਂ ਘਰ ਆ ਜਾਣਾ। ਅਜੇ ਤੱਕ ਮੇਰਾ ਬੇਟਾ ਘਰ ਨਹੀਂ ਆਇਆ। ਸਾਡਾ ਬੇਟਾ ਘਰ ਆਉਣਾ ਚਾਹੀਦਾ, ਸਾਨੂੰ ਕੁਛ ਨਹੀਂ ਚਾਹੀਦਾ। ਸੰਨੀ ਦਿਓਲ ਨੂੰ ਅਸੀਂ ਮਿਲੇ, ਸੁਸ਼ਮਾ ਸਵਰਾਜ ਨੂੰ ਅਸੀਂ ਮਿਲੇ ਦੀਨਾਨਗਰ ਜਾ ਕੇ, ਉਹਨਾਂ ਨੇ ਮਤਲਬ ਕੋਈ ਐਕਸ਼ਨ ਨਹੀਂ ਲਿਆ, ਬਿਮਾਰ ਹੋ ਗਏ ਉਹ। ਉਹਦੇ ਬਾਅਦ 'ਚ ਸੰਨੀ ਦਿਓਲ ਨੂੰ ਮਿਲੇ, ਸਾਡਾ ਬੇਟਾ ਘਰ ਆਉਣਾ ਚਾਹੀਦਾ। 2 ਲੱਖ ਰੁਪਇਆ ਲਾ ਕੇ ਅਸੀਂ ਭੇਜਿਆ ਸੀ, 1.5 ਲੱਖ ਉਹਨੂੰ ਘੁਮਾ ਕੇ ਦਿੱਤਾ ਸਾਨੂੰ ਮਹਾਰਾਜ। ਉਹ ਬੁਲਾਇਆ ਵੀ ਤੂੰ ਬਾਹਰ 10 ਵਜੇ ਫਿਰੇ ਕਰਨਾ, ਜਸੂਸੀ ਹੈ ਤੂੰ, ਕੁਆਰਾ 26 ਸਾਲ ਦਾ ਹੈ, ਅਸੀਂ ਵਿਆਹ ਦੀ ਤਿਆਰੀ ਕਰੇ ਕਰਨੇ 27ਵੇਂ ਸਾਲ 'ਚ ਵੀ ਹੁਣ ਆਉਣਾ ਤਾਂ ਵਿਆਹ ਕਰ ਦੇਣਾ ਆ, ਪਰ ਉਹਨਾਂ ਨੇ ਫਸਾ ਦਿੱਤਾ ਉੱਥੇ। 9 ਦਸੰਬਰ ਦਾ ਅੰਦਰ ਹੈ ਜੇਲ੍ਹ 'ਚ, ਸਰਕਾਰ ਕੋਲ ਮੰਗ ਕਰਨੇ ਵੀ ਸਾਡਾ ਬੇਟਾ ਘਰ ਆਉਣਾ ਚਾਹੀਦਾ। ਅਵਤਾਰ ਸਿੰਘ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ NRI।